ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਉਮੀਦ ਕਰਦੇ ਹਾਂ ਸਾਰੇ ਬਹੁਤ ਵਧੀਆ ਹੋਗੇ ਤੇ ਅੱਜ ਆਈ ਬਸੰਤ ਪੰਚਮੀ ਤੇ ਸਾਰਾ ਦਿਨ ਤਾਂ ਬੀਤ ਗਿਆ ਸ਼ਾਮ ਜੇ ਨੂੰ ਹੁਣ ਮੋੜ ਜਿਹਾ ਬਣ ਗਿਆ ਪਤੰਗ ਉਡਾ ਲੈਣਾ ਚਾਹੀਦਾ ਸੁਖਮਨ ਲੈ ਕੇ ਆਇਆ ਤੇ ਉਹ ਖੜਾ ਸੁਖਮਨ ਉਹ ਖੜਾ ਕੰਨੂ ਤੇ ਆਹ ਖੜਾ ਸਿਵੇਨ ਤੇ ਪਤੰਗ ਸੁਖਮਨ ਦਾ ਹੀ ਪਤੰਗ ਹੈ ਤੇ ਉਹ ਪਹਿਲਾਂ ਹੀ ਰਾਸਤੇ ਨੀਚੇ ਲੈ ਕੇ ਆਉਂਦੇ ਆਉਂਦੇ ਫਟ ਗਿਆ ਰਾਸਤੇ ਦੇ ਵਿੱਚ ਹੀ ਤੇ ਆਪਾਂ ਟੇਪ ਟੂਪ ਲਾ ਕੇ ਹੁਣ ਇਹਨੂੰ ਜੋੜ ਰਹੇ ਹਾਂ ਤੇ ਸੁਖਮਨ ਨਾਲ ਲਾਵਾਂਗੇ ਪੇਚੇ ਤੇ ਬਾਕੀ ਸੁਖਮਨ ਤਿਆਰ ਹੈ ਠੀਕ ਆ ਕਮੈਂਟ ਕਰੋ ਸਾਰੇ ਜਣੇ ਵੀ ਕਿਹਦਾ ਪਤੰਗ ਅੱਜ ਕੱਟਿਆ ਜਾਊਗਾ ਤੇ ਬਾਕੀ ਤਲਾਵਾਂ ਤਲੂਵਾਂ ਪੈ ਚੁੱਕੀਆਂ ਨੇ ਡੋਰ ਵੀ ਸਾਡੇ ਕੋਲ ਥੋੜ੍ਹੀ ਜਿਹੀ ਹੈ ਥੋੜ੍ਹੀ ਥੋੜ੍ਹੀ ਹੈ ਤੇ ਬਾਕੀ ਤੁਹਾਨੂੰ ਉਡਾ ਕੇ ਮਿਲਦੇ ਹੁਣ ਬਾਕੀ ਮੌਸਮ ਦੇਖੋ ਕਿੰਨਾ ਘੈਂਟ ਹੋਇਆ ਪਿਆ ਵੈਦਰ ਪੂਰਾ ਬੱਦਲਾਂ ਦੇ ਵਿੱਚ ਐਨ ਪੂਰਾ ਇੱਕ ਪਤੰਗ ਉੱਥੇ ਉੱਡ ਉੱਡ ਰਿਹਾ ਇੱਕ ਪਤੰਗ ਦੇਖੋ ਆ ਉੱਡਦਾ ਤੇ ਸੁਖਮਨ ਨੇ ਵੀ ਪਤੰਗ ਉਡਾ ਲਿਆ ਹੁਣ ਆਪਾਂ ਵੀ ਉਡਾਉਂਦੇ ਹਾਂ ਫਟਾਫਟ ਲਓ ਜੀ ਪਤੰਗ ਆਪਣੀ ਕੱਟ ਗਿਆ ਖਾਲੀ ਡੋਰ ਰਹਿ ਗਈ ਹੈ ਅਤੇ ਸੁਖਮਨ ਪਤੰਗ ਲੈਣ ਗਿਆ ਨੀਚੋਂ ਅਤੇ ਬਾਕੀ ਹੁਣ ਆ ਗਿਆ ਪਤੰਗ ਲੈ ਕੇ ਅਗਲੇ ਹੋਰ ਇਸ ਵਾਰ ਨਹੀਂ ਕੱਟਣ ਦੇਣਾ ਮੈਂ ਪਤੰਗ ਪਤੰਗ ਦੇ ਕਿੱਥੇ ਡੋਰ ਦੇਖੋ ਕਿੰਨੀ ਸਾਰੀ ਆ ਗਈ ਹਜੇ ਵੀ ਪਤੰਗ ਲੱਗਿਆ ਬਹੁਤ ਦੂਰ ਬਾਕੀ ਲਪੇਟ ਰਹੇ ਹਾਂ ਡੋਰ ਹੌਲੀ ਹੌਲੀ ਨੇੜੇ ਨੇੜੇ ਕਰਕੇ ਪੇਚੇ ਲਾਵਾਂਗੇ ਵੀਰਾ ਆ ਗਿਆ ਪੇਚੇ ਲਾਵਾਂਗੇ ਬਾਕੀ ਚੰਦਰਮਾ ਵੀ ਨਿਕਲ ਗਿਆ ਉਹ ਦੇਖੋ ਪਿੱਛੇ ਲਓ ਜੀ ਫੜੋ ਲਓ ਜੀ ਵੀਰਾ ਪਤੰਗ ਉਡਾ ਰਿਹਾ ਹਾਂਜੀ ਬਸੰਤ ਪੂਰੇ ਨਜ਼ਾਰੇ ਲੈ ਰਹੇ ਹੋ ਫਿਰ ਹਾਂ ਪੂਰੇ ਦੇਖੋ ਉਹ ਦੇਖੋ ਆਹ ਉੱਡਦਾ ਵੀਰੇ ਦਾ ਪਤੰਗ ਚਲੋ ਜੀ ਹਾਂ ਵੀ ਬੋਲੋ ਲਾਓ ਪੇਚੇ ਚਲੋ ਪੇਚੇ ਬਸ ਖੜ ਜਾ ਨੀਚੇ ਤਾਂ ਲਾ ਲਈਏ ਨੀਚੇ ਤਾਂ ਲਾ ਲਈਏ ਉਹ ਬਹੁਤ ਦੂਰ ਆ ਪਤੰਗ ਵੀ ਆਪਣਾ ਤਾਂ ਤੁਹਾਡਾ ਮੈਨੂੰ ਦਿਖ ਵੀ ਪਿਆ ਓ ਬਈ ਸਲੋਨੀ ਲਓ ਜੀ ਪਤੰਗ ਹਜੇ ਵੀ ਉਹ ਉੱਪਰ ਲੱਗੀ ਪਈ ਹੈ ਅਤੇ ਬਾਕੀ ਤਾਰੀ ਜਾ ਰਹੇ ਹਾਂ ਡੋਰ ਸਾਡੇ ਕੋਲ ਬਹੁਤ ਸਾਰੀ ਹੋ ਗਈ ਦੇਖੋ ਇਕੱਠੀ ਕੱਲ੍ਹ ਵੀ ਆਪਾਂ ਉਡਾਵਾਂਗੇ ਫਿਰ ਦੁਬਾਰਾ ਪਤੰਗ ਅਤੇ ਹੁਣ ਆਪਾਂ ਚੱਲੇ ਹਾਂ ਜੀ ਗੁਰਦੁਆਰਾ ਸਾਹਿਬ ਗੁਰਦੁਆਰਾ ਦੁਖਮਨ ਸਾਹਿਬ ਤੇ ਸੰਗਤਾਂ ਪਹੁੰਚੀਆਂ ਹੋਈਆਂ ਪੂਰੀਆਂ ਹੋਣ ਮਨਵਾ ਕੇ
वाली रात सतगुरु महाराज जी के पावन पवित्र स्थान पे आ जाओ